ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਭੱਖ ਦੀ ਮਸਲੀਤੀ ਗੱਲ ਕਰਨਾ ਚਾਹੁੰਨੀ ਆ ਇੱਕ ਉਦਾਹਰਨ ਦੇ ਰਾਹੀਂ ਆਪਾਂ ਸ਼ੁਰੂਆਤ ਕਰਦੇ ਆਂ ਇੱਕ ਜਗ੍ਹਾ ਦੇ ਉੱਤੇ ਇੱਕ ਚੋਰ ਚੋਰੀ ਕਰਦਾ ਫੜਿਆ ਜਾਵੇ ਉਹਦੀ ਵੀਡੀਓ ਸਾਰੀ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਜੇ ਤੇ ਕੋਈ ਵਿਅਕਤੀ ਉਹਨੂੰ ਵੇਖ ਵੀ ਲਵੇ ਚੋਰੀ ਕਰਦੇ ਨੂੰ ਤੇ ਜਿਹਨੇ ਵੇਖਿਆ ਉਹ ਜਾ ਕੇ ਥਾਣੇ ਦੇ ਵਿੱਚ ਰਿਪੋਰਟ ਲਖਾਵੇ ਵੀ ਕਹੇ ਵੀ ਇਹ ਚੋਰ ਐ ਮੈਂ ਦੇਖਿਆ ਇਹਨੇ ਚੋਰੀ ਕੀਤੀ ਆ ਤੇ ਸਾਰੀ ਰਿਕਾਰਡਿੰਗ ਉਹ ਕੈਮਰੇ ਵਿੱਚ ਵੀ ਕੈਦ ਹੋ ਚੁੱਕੀ ਆ ਤੁਸੀਂ ਉਹਨੂੰ ਵੀ ਚੈੱਕ ਕਰ ਲਓ ਤੇ ਜਦੋਂ ਚੋਰ ਨੂੰ ਪਤਾ ਲੱਗੇ ਵੀ ਆਹ ਬੰਦਾ ਮੇਰੇ ਤੇ ਪਰਚਾ ਕਰਾਉਣ ਨੂੰ ਕਹਿ ਰਿਹਾ ਜਾਂ ਇਹ ਜਾ ਕੇ ਰਿਪੋਰਟ ਲਖਾ ਰਿਹਾ ਮੇਰੀ ਤੇ ਅੱਗੋਂ ਚੋਰ ਕਹੇ ਵੀ ਜੇ ਤੂੰ ਮੇਰੀ ਗੱਲ ਦੱਸੇਂਗਾ ਜਾ ਕੇ ਮੇਰੀ ਗੱਲ ਕਰੇਂਗਾ ਮੇਰੀ ਚੋਰੀ ਬਾਰੇ ਦੱਸੇਂਗਾ ਮੈਂ ਤੇਰੇ ਤੇ ਪਰਚਾ ਦਰਜ ਕਰਾ ਦੂੰਗਾ ਇਹ ਕਿੰਨੀ ਹਾਸੋਹੀਣੀ ਗੱਲ ਹੋਊਗੀ ਬਿਲਕੁਲ ਇਸੇ ਤਰ੍ਹਾਂ ਅੱਜ ਜੋ ਪਖ ਦਾ ਮਸਲਾ ਹੈ ਵੀਰ ਸਰਬਜੀਤ ਸਿੰਘ ਤੁੰਦਾ ਉਹਨਾਂ ਨੇ ਗੱਲ ਕੀਤੀ ਜੋ ਨਾਨਕ ਸਰ ਦੇ ਵਿੱਚ ਪਖੰਡ ਹੋ ਰਿਹਾਗਾ ਉਹਨਾਂ ਦੇ ਪਾਜ ਨੂੰ ਪਖੰਡ ਨੂੰ ਅਗੇੜ ਕੇ ਰੱਖ ਦਿੱਤਾ ਬਿਲਕੁਲ ਸੱਚੋ ਸੱਚ ਬਿਆਨ ਕੀਤਾ ਉੱਥੇ ਜੁੱਤੀਆਂ ਨੂੰ ਮੱਥੇ ਟਿਕਾਏ ਜਾਂਦੇ ਨੇ ਗੱਡੀਆਂ ਨੂੰ ਇੱਥੋਂ ਤੱਕ ਫਲਸ਼ਾਂ ਨੂੰ ਵੀ ਮੱਥੇ ਟਿਕਾਏ ਜਾਂਦੀ ਨਹੀਂ ਉਹਨਾਂ ਨੇ ਬਿਲਕੁਲ ਸੱਚ ਦੱਸਿਆ ਤੇ ਸੱਚ ਬੋਲਣ ਦੇ ਬਦਲੇ ਕੀ ਕੀਤਾ ਜਾ ਰਿਹਾ ਆਪ ਤੇ ਮਾਫੀ ਮੰਗਣੀ ਕੀ ਆ ਆਪਣੀਆਂ ਕਮੀਆਂ ਨੂੰ ਤੇ ਕੀ ਦੂਰ ਕਰਨਾ ਤੇ ਨਾਲ ਡਰਾਬਾ ਦਿੱਤਾ ਜਾ ਰਿਹਾ ਵੀ ਤੁਹਾਡੇ ਤੇ ਤੁਸੀਂ ਸੱਚ ਦੱਸ ਰਹੇ ਹੋ ਸੰਗਤਾਂ ਨੂੰ ਤੁਹਾਡੇ ਤੇ ਅਸੀਂ ਪਰਚਾ ਦਰਜ ਕਰਾ ਦੇਵਾਂਗੇ ਕਿੰਨੀ ਹਾਸੋਹੀਣੀ ਗੱਲ ਆ ਇੱਕ ਤੇ ਕਾਮ ਨੂੰ ਕੁਰਾਹੇ ਪਾਇਆ ਜਾ ਰਿਹਾ ਜੁੱਤੀਆਂ ਨੂੰ ਫਲਸ਼ਾਂ ਨੂੰ ਮੱਥੇ ਟਿਕਾਏ ਜਾ ਰਹੇ ਨੇ ਕੀ ਗਲਤ ਪੁੱਛ ਲਿਆ ਵੀਰ ਸਰਬਜੀਤ ਸਿੰਘ ਤੁੰਦਾ ਜੀ ਨੇ ਬਿਲਕੁਲ ਸੱਚ ਪੁੱਛਿਆ ਉਹਨਾਂ ਨੇ ਵੀ ਤੁਸੀਂ ਨਾਨਕ ਸਰ ਨੂੰ ਸਿਫਤੀ ਦਾ ਕਰ ਭਗਤੀ ਦਾ ਕਰ ਕਹਿ ਰਹੇ ਹੋ ਜਦ ਕਿ ਉਥੇ ਨਾ ਤੇ ਨਿਸ਼ਾਨ ਸਭ ਲਾਏ ਜਾ ਰਹੇ ਨੇ ਨਾ ਪੰਗਤ ਦੀ ਮਰਿਆਦਾ ਹੈ ਗੁਰੂ ਘਰ ਦੀ ਮਰਿਆਦਾ ਤੋਂ ਬਿਲਕੁਲ ਵੱਖਰੀ ਇੱਕ ਡੇਰੀ ਦੀ ਮਰਿਆਦਾ ਚਲਾਈ ਜਾ ਰਹੀ ਆ ਇੱਕ ਤੁਸੀਂ ਵੱਖਰਾ ਡੇਰਾ ਬਣਾ ਕੇ ਕਹਿ ਰਹੇ ਹੋ ਇਹ ਭਗਤੀ ਦਾ ਘਰ ਆ ਫਿਰ ਚਮਕੌਰ ਸਾਹਿਬ ਨੂੰ ਆਨੰਦਪੁਰ ਸਾਹਿਬ ਨੂੰ ਕੇਸਗੜ੍ਹ ਸਾਹਿਬ ਦੀ ਧਰਤੀ ਨੂੰ ਭਗਤੀ ਦਾ ਘਰ ਕਿਉਂ ਨਹੀਂ ਕਿਹਾ ਜਾ ਰਿਹਾ ਬਿਲਕੁਲ ਉਹਨਾਂ ਨੇ ਸੱਚੋ ਸੱਚ ਪੁੱਛਿਆ ਹੈ ਤੁਸੀਂ ਆਪਣੀ ਗਲਤੀ ਨੂੰ ਕਬੂਲ ਕਰਨ ਦੀ ਬਜਾਏ ਕਹਿ ਰਹੇ ਹੋ ਅਸੀਂ ਪਰਚੇ ਕਰਾ ਦਾਂਗੇ ਕਿੰਨੇ ਕ ਪ੍ਰਚਾਰਕਾਂ ਤੇ ਪਰਚੇ ਦਰਜ ਕਰਾਉਂਗੇ ਅਸੀਂ ਸਾਰੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਤ ਆ ਇਹ ਗੱਲ ਕਰਾਂਗੇ ਕਿੰਨੇਕ ਦੀਆਂ ਜ਼ਬਾਨਾਂ ਤੁਸੀਂ ਬੰਦ ਕਰਾ ਲੂਗੇ ਇਸ ਕਰਕੇ ਮੈਂ ਸਾਰੇ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਨੀ ਚਾਹਨੀ ਆਂ ਵੀ ਆਪਾਂ ਇੱਕ ਜੁੱਟ ਹੋਈਏ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਈਏ ਤੇ ਬਾਬੇ ਦੀ ਬਾਣੀ ਦੇ ਸਿਧਾਂਤ ਨੂੰ ਅੱਗੇ ਲੈ ਕੇ ਚੱਲੀਏ ਤੇ ਜੋ ਪਖੰਡ ਕਰ ਰਹੇ ਨੇ ਐਸੇ ਲੋਕਾਂ ਦੇ ਪ੍ਰਤੀ ਆਪਾਂ ਸੰਗਤਾਂ ਨੂੰ ਵੇਅਰ ਕਰਨਾ ਹੈ ਜਾਗਰੂਕ ਕਰਨਾ ਹੈ ਇਨਿਕ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ